ਉਹ ਘਰ ਬੈਠੇ ਬਣਾਉਣ 1 ਗ੍ਰਾਮ ਨਮਰਦੀ ਵਾਸਤੇ ਨੁਕਸਾ ਜੀ ਇਹ ਇੱਕ ਮੇਰੇ ਵੀਰ ਮੇਰੀ ਬੇਨਤੀ ਹੈ ਵੀ ਜਿੰਨਾ ਮੁੰਡਿਆਂ ਨੂੰ ਧਾਂਤ ਦੀ ਸ਼ਿਕਾਇਤ ਹੈ ਨਾ ਉਹ ਨਾ ਇਹਨੂੰ ਲੈਣ ਜੀ ਜਿਹੜੇ ਮੁੰਡੇ ਊਂ ਕਮਜ਼ੋਰ ਨੇ ਜਾਂ ਹੱਡੀਆਂ ਕਮਜ਼ੋਰ ਨੇ ਜਾਂ ਢੂਹੀ ਕਮਜ਼ੋਰ ਹੈ ਜਾਂ ਸੈਕਸ ਕਮਜ਼ੋਰ ਹੈ ਜਾਂ ਵੀਕਨੈਸ ਹੈ ਜਾਂ ਕਿਸੇ ਤਰ੍ਹਾਂ ਦੀ ਕੋਈ ਗੜਬੜਾ ਹੈ ਜਾਂ ਟਾਈਮ ਪੀੜ ਦੇ ਵਿੱਚ ਕੋਈ ਫਰਕ ਹੈ ਉਹ 1 ਗ੍ਰਾਮ ਤਾਂ ਲੈਣ ਜੀ ਸੋਨਾ ਜੀ 1 ਗ੍ਰਾਮ ਲੈਣ ਹੀਰਾ ਜੀ ਇਹ ਤੇ 1 ਤੋਲਾ ਚਾਂਦੀ ਦਾ ਲੈ ਕੇ ਤਿੰਨੇ ਚੀਜ਼ਾਂ ਨੂੰ ਗਲਾਵ ਅਰਕ ਦੇ ਵਿੱਚ ਰਗੜਾਈ ਕਰਕੇ 1 ਤੋਲਾ ਕੇਸਰ ਦਾ ਵਿੱਚ ਪਾ ਕੇ ਵਧੀਆ ਨੇਪਾਲੀ ਕੇਸਰ ਵਿੱਚ ਪਾ ਕੇ ਇੱਕ ਟੋਲਾ ਉਹਦੀਆਂ ਨਿੱਕੀਆਂ ਨਿੱਕੀਆਂ ਗੋਲੀਆਂ ਬਣਾ ਲੈਣ ਜੇ ਗੋਲੀਆਂ ਦੇ ਵਿੱਚ ਕੋਈ ਐ ਲੱਗੂ ਨਾ ਵੀ ਬਣਦੀ ਨਹੀਂ ਤਾਂ ਉਹਦੇ ਚੰਦਣ ਦਾ ਤੇਲ ਪਾ ਕੇ ਥੋੜੀ ਜਿਹੀ ਰਗੜਾਈ ਕਰਕੇ ਆਪਣੇ ਆਪ ਹੀ ਗੋਲੀਆਂ ਬਣ ਜਾਣੀਆਂ ਛੋਟੀਆਂ ਛੋਟੀਆਂ ਗੋਲੀਆਂ ਮਣਾਉਣ ਮੂੰਗੀ ਦੇ ਦਾਣੇ ਜਿੰਨੀਆਂ ਇੱਕ ਗੋਲੀ ਦੁੱਧ ਨਾਲ ਸਵੇਰ ਤੇ ਇੱਕ ਗੋਲੀ ਦੁੱਧ ਨਾਲ ਸ਼ਾਮ ਨੂੰ ساری ਜ਼ਿੰਦਗੀ ਕੁਝ ਖਾਣ ਦੀ ਲੋੜ ਨਹੀਂ ਪੈਂਦੀ 2 ਮਹੀਨੇ ਖਾ ਲੈਣਾ ਮੇਰਾ ਵਾਦਾ ਜੀ ਓਕੇ ਕੀ ਬਾਤ ਹੈ ਜੀ ਨੁਕਤਾ ਤੁਸੀਂ ਨੋਟ ਕਰ ਲਿਆ ਹੋਣਾ ਜੇ ਨਹੀਂ ਕੀਤਾ ਤਾਂ ਵੀਡੀਓ ਨੂੰ ਥੋੜਾ ਜਿਹਾ ਬੈਕ ਲੈ ਜਾ ਕੇ ਦੁਬਾਰੇ ਕਰ ਸਕਦੇ ਹਾਂ ਅੱਛਾ ਬਾਈ ਸਾਹਿਬ ਕਿਹੜੀਆਂ ਕਿਹੜੀਆਂ ਬਿਮਾਰੀਆਂ ਦਾ ਹੱਲ ਤੁਹਾਡੇ ਕੋਲੇ ਹੈਗਾ ਜਿਵੇਂ ਜੀ ਹੁਣ ਆਪਣੇ ਕੋਲ ਉਸਤਨਾ ਬੱਚੇ ਬਹੁਤ ਹੁੰਦੇ ਨੇ ਬੱਚੇ ਦਾ ਕਾਰਨ ਜਿਹੜਾ ਨਾ ਹੋਣ ਦਾ ਕਾਰਨ ਉਹੀ ਹੈ ਬੀਬੀ ਨੂੰ ਬੱਚੇ ਦਾ ਇਹਦੇ ਵਿੱਚ ਕੋਈ ਰਸੌਲੀ ਹੋਣੀ ਐਟੋਮੀਟਰ ਖਰਾਬ ਹੋਣਾ ਅੰਡੇ ਦਾ ਨਾ ਚਰਸੌਲੀਆਂ ਹੋਣੀਆਂ ਪਾਣੀ ਪੈਣਾ ਟਾਈਮ ਲੇਟ ਹੋ ਜਾਣਾ ਬੱਚੇਦਾਨ ਦੇ ਮੂਰੇ ਜਾਲਾ ਆ ਜਾਣਾ ਜਿਹੜੀ ਦੇਸੀ ਚੀਜ਼ ਹੈ ਸਾਡੀ ਇਸ ਕਰਕੇ ਬੱਚੇ ਨਹੀਂ ਹੁੰਦੇ ਆਪਣੇ ਕੋਲੋਂ ਜਿੰਨੇ ਬੱਚੇ ਜਿੰਨੇ ਮਰੀਜ਼ ਪੇਸ਼ੈਂਟ ਆਉਂਦੇ ਨੇ ਤਕਰੀਬਨ 90 95% ਆਪਣੇ ਸਾਰੇ ਮਰੀਜ਼ ਠੀਕ ਹੋ ਹੋ ਕੇ ਜਾਈ ਜਾਂਦੇ ਨੇ ਬੱਚੇ ਹੁਣ ਪਿਛਲੀ ਐਡ ਦਿੱਤੀ ਤੁਸੀਂ ਇਹਦੇ ਵੀ ਬੱਚੇ ਕਾਫੀ ਗਰਭਚ ਨੇ ਤੇ ਮਤਲਬ ਕਿ ਹੋਈ ਵੀ ਜਾਂਦੇ ਨੇ ਤੇ ਕੁਝ ਮਰੀਜ਼ਾਂ ਦੀ ਦਵਾਈ ਚੱਲੀ ਵੀ ਜਾਂਦੀ ਹੈ ਬਹੁਤ ਦੀ ਬਹੁਤ ਅਮਰੀਚਾਂ ਦੀ ਦਵਾਈ ਵੀ ਚੱਲੀ ਜਾਂਦੀ ਐ ਤੇ ਬਾਕੀ ਹੈਗਾ ਬੱਸ ਆਪਣੇ ਕੋਲੇ ਆਪਣਾ ਸਤਨਾਮ ਬਵਾਸੀਰ ਦਾ ਬਵਾਸੀਰ ਦਾ ਜਿਹੜਾ ਨਕਸ਼ਾ ਹੈ ਉਹ ਵੀ ਆਪਣੇ ਕੋਲੇ ਪੱਕਾ ਹੈ ਬਵਾਸੀਰ ਚਾਰ ਪ੍ਰਕਾਰ ਦੀ ਐ ਬੈਈਆਂ ਵਾਲੀ ਐ ਮੋਕੇ ਵਾਲੀ ਐ ਖੂਨੀ ਐ ਬਾਦੀ ਐ ਇਹ ਚਾਰ ਪ੍ਰਕਾਰ ਦੀ ਐ ਗੁਰਦੇ ਦਾ ਵੀ ਮੇਰੇ ਕੋਲੇ ਪੱਕਾ ਗੁਰਦੇ ਦੇ ਬਹੁਤ ਪੇਸ਼ੈਂਟ ਮੇਰੇ ਠੀਕ ਹੋ ਜਾਂਦੇ ਨੇ ਤੇ ਜਿਹੜਾ ਆ ਗਿਆ ਮੁੰਡਿਆਂ ਦੀ ਮਰਜ਼ੀ ਦੀ ਤਾਂ ਗੱਲ ਕੋਈ ਨਹੀਂ ਇਹਨੂੰ ਵੀ ਠੀਕ ਕਰ ਦਿਆਂ ਜਿਨ੍ਹਾਂ ਦੇ ਸਪਰਮ ਨਹੀਂ ਬਣਦੇ ਸਪਰਮਾਂ ਦੀ ਵੀ ਪੂਰੀ ਸਾਡੇ ਕੋਲੇ ਇੱਕ ਹੋਰ ਤਜਰਬਾ ਸਪਰਮਾਂ ਦਾ ਜਿਹੜਾ ਅਸੀਂ 3 4 ਦੇ ਵਿੱਚ ਜਮਾ ਡੈਡਸ ਸਪਰਮ ਵਾਲੇ ਬੰਦੇ ਤੋਂ ਬੱਚਾ ਪੈਦਾ ਕਰਾ ਦਿੰਦੇ ਆ ਚਾਰ ਮਹੀਨੇ ਵੀ ਲੱਗ ਸਕਦੇ ਨੇ ਪੰਜ ਵੀ ਲੱਗ ਸਕਦੇ ਨੇ ਮੈਂ ਇੱਕ ਬੇਨਤੀ ਸਪਰਮ ਵਾਲੇ ਵੀਰਾਂ ਨੂੰ ਵੀ ਕਰਦਾ ਵੀ ਮੇਰੇ ਕੋਲੇ ਜਦੋਂ ਹਣਾ ਕਾਲੀ ਨਾ ਕਰਿਆ ਕਰੋ ਕਈ ਵਾਰ ਤੁਸੀਂ ਕਾਲੀ ਕਰਜਿਆਂ ਨੂੰ ਬਾਬਾ ਇੱਕਤੀ ਬਣ ਜਾਣ ਬਾਬਾ ਇੱਕਤੀ ਬਣ ਲੈ ਨਹੀਂ ਥੋੜਾ ਜਿਹਾ ਹੌਲੀ ਸਪਰਮ ਮੇਰੇ ਤੋਂ ਲੈ ਲਓ ਇਹ ਮੇਰੀ ਜ਼ਿੰਮੇਵਾਰੀ ਹੈ ਕੋਈ ਟੈਨਸ਼ਨ ਨਾ ਲਓ ਬਾਕੀ ਜਿਵੇਂ ਹੈਗਾ ਆਪਣਾ ਅਸਤਰਾਮ ਲੀਬਰ ਵਗੈਰਾ ਹੈ ਲਕੋਰੀਆ ਵਗੈਰਾ ਹੈ ਅਦਰੰਗ ਵਗੈਰਾ ਹੈ ਲਕਵਾ ਵਗੈਰਾ ਹੈ ਇਹਨਾਂ ਦੇ ਵੀ ਅਸੀਂ ਨੁਕਸ਼ੇ ਬਣਾ ਕੇ ਦਿੰਦੇ ਆ ਮਰੀ ਤੇ ਲਕਵੇ ਵਗੈਰਾ ਦੇ ਥੋੜੇ ਨੇ ਮੇਰੇ ਕੋਲੇ ਪਰ ਇਹਨਾਂ ਦੇ ਵੀ ਨੁਕਸੇ ਸੀ ਸਾਰੇ ਬਣਾ ਕੇ ਦਿੰਨੇ ਆ ਬਾਕੀ ਹੋਰ ਕਿਸੇ ਵੀਰ ਨੇ ਕੋਈ ਚੀਜ਼ ਪੁੱਛਣੀ ਹੁੰਦੀ ਹੈ ਤਾਂ ਮੈਂ ਬੇਨਤੀ ਵੀ ਕਰਦਾ ਹੁਣਾ ਵੀ 8 ਵਜੇ ਤੋਂ ਬਾਅਦ ਪੁੱਛ ਲਿਆ ਕਰੋ ਦਿਨੇ ਤਾਂ ਹੁੰਦੇ ਨੇ ਮਰੀਜ਼ ਹੁੰਦੇ ਨੇ ਸਾਰੇ ਸੰਗਤ ਆਈ ਜਾਂਦੀ ਹੈ 8 ਵਜੇ ਤੋਂ ਬਾਅਦ ਜਿਹੜੀ ਚੀਜ਼ ਮਰਜੀ ਪੁੱਛ ਲਿਆ ਕਰੋ ਸਾਢੇ ਇਕੱਠ ਤੱਕ ਸਾਰਿਆਂ ਨੂੰ ਦੱਸੂਗਾ ਬਣਾਉਣਾ ਵੀ ਦੱਸੂਗਾ ਸਭ ਕੁਝ ਦੱਸੂਗਾ ਕਈ ਚੀਜ਼ਾਂ ਇਹ ਜਿਹੀਆਂ ਜਿਵੇਂ ਬਵਾਸੀਰ ਦੀ ਦਵਾਈ ਹੁਣ ਉਹ ਨਾ ਪੁੱਛਣ ਬਣਾਉਣੀ ਕਿਉਂਕਿ ਹੁਣ ਮੌਸਮ ਖਰਾਬਾ ਬਣਦੀ ਨਹੀਂ ਸਿਆਲ ਦੇ ਵਿੱਚ ਜਿਹੜੀ ਮਰਜੀ ਪੁੱਛਣ ਨਾ ਮਰਜੀ ਦੀ ਦਵਾਈ ਮੈਂ ਦੱਸ ਚੁੱਕਿਆ ਬੱਚੇ ਵਾਸਤੇ ਮੈਂ ਤੁਹਾਨੂੰ ਕਹਿੰਦਾ ਮ ਆਉ ਜੀ ਦਾ ਨਹੀਂ ਹੁੰਦਾ ਕੋਈ ਗੱਲ ਨਹੀਂ ਲੀਵਰ ਵਾਲਾ ਉਹ ਗੁਰਦੇ ਵਾਲਾ ਉਹ ਬੱਚੇ ਵਾਲਾ ਉਹ ਸਪਰਮਾ ਵਾਲਾ ਉਹ ਇਹ ਚੀਜ਼ਾਂ ਮੈਂ ਤੁਹਾਨੂੰ ਦੱਸੀ ਆ ਨਾ ਇੱਕ ਨੁਕਤਾ ਮੈਂ ਤੁਹਾਨੂੰ ਜਿਹੜਾ ਹੈ ਨਵਰਦੀ ਵਾਸਤੇ ਹੋਰ ਦੱਸਦਾ ਇੱਕ ਤਾਂ ਹੈਗੀ ਹੈ ਜਿਹੜੀ ਇਮਲੀ ਪਹਾੜੀ ਜੀ ਇੱਕ ਅਕਰ ਕਰਾ ਜੀ ਦੋਨੇ ਲੈ ਲਓ ਤਾਂਤ ਵਾਲੇ ਬੰਦੇ ਨਾਲ ਖਾਣ ਮੇਰੀ ਗਰੰਟੀ ਹੈ ਹੋਰ ਗ੍ਰੰਥਕ੍ਰੰਥ ਕਿੰਨੇ ਮਰਜ਼ੀ ਫਰੋਲੀ ਜਾਓ ਕੁਛ ਨਹੀਂ ਮਿਲਦਾ ਇਹ ਦੋ ਚੀਜ਼ਾਂ ਜਿਹੜੀਆਂ ਤੁਸੀਂ ਇਹ ਯੂਜ਼ ਕਰਨੀਆਂ ਨੇ ਅੱਧੇ ਚਮਚੇ ਤੋਂ ਚੌਥਾ ਹਿੱਸਾ ਤੜਕੇ ਅੱਧੇ ਚਮਚੇ ਤੋਂ ਚੌਥਾ ਹਿੱਸਾ ਸ਼ਾਮ ਨੂੰ ਦੋਨਾਂ ਨੂੰ ਬਰਾਬਰ ਵਜਨ ਜੇ ਮਤਲਬ ਕਿ ਮੰਨ ਲਓ ਚਾਰ-ਚਾਰ ਤੋਲੇ ਲੈ ਲਓ ਦੋਨਾਂ ਦੇ ਤਾਂ ਸ਼ਾਮ ਨੂੰ ਦੁੱਧ ਨਾਲ ਤੇ ਸੁਬਾ ਦੁੱਧ ਨਾਲ ਮੈਂ ਕਹਿੰਦਾ ਵੀ ਨਜ਼ਾਰੇ ਆ ਜਾਣਗੇ ਸਾਰੀ ਮਰਜ਼ ਦੂਰ ਹੋ ਜੂ ਬੱਲੇ ਬੱਲੇ ਹੋ ਜੂ ਜੀ ਕੀ ਬਾਤ ਹੈ ਅੱਛਾ ਬੈਸਾਬ ਜੀ ਆਪਾਂ ਟਾਈਮ ਦੀ ਗੱਲ ਕਰੀਏ ਜਿਹੜੀ ਦੇਸੀ ਦਵਾਈਆਂ ਕਿੰਨੇ ਮਹੀਨੇ ਖਾਣੀ ਚਾਹੀਦੀ ਦੇਖੋ ਸਤਨਾਮ ਜਿਹੜੀ ਦੇਸੀ ਦਵਾਈਆਂ ਨੇ ਥੋੜਾ ਜਿਹਾ ਕੰਮ ਕਰਦੀ ਤਾਂ ਹੌਲੀ ਹੈ ਤੇ ਪਰ ਕਰਦੀ ਬਹੁਤ ਜ਼ਿਆਦਾ ਤੇਜ਼ ਹੈ ਕਈ ਨੁਕਸ਼ੇ ਇਹ ਜੀ ਵੀ ਨੇ ਜਿਨ੍ਹਾਂ ਵਿੱਚ ਸੋਨਾ ਚਾਂਦੀ ਕੇਸਰ ਕਸਤੂਰੀ ਜਵਾਰ ਮੋਤੀ ਹੀਰੇ ਪੈਂਦੇ ਨੇ ਉਹ ਜਲਦੀ ਵੀ ਕਰਦੇ ਨੇ ਉਹ ਕੈਂਸਰ ਵਗੈਰਾ ਤੇ ਕੰਮ ਕਰਦੇ ਨੇ ਜ਼ਿਆਦਾ ਜਿਵੇਂ ਹੈਗੇ ਸਪਰਮਾ ਤੇ ਜ਼ਿਆਦਾ ਕੰਮ ਕਰਦੇ ਨੇ ਲਕਵੇ ਤੇ ਕੰਮ ਕਰਦੇ ਨੇ ਅਦਰੰਗ ਤੇ ਕੰਮ ਕਰਦੇ ਨੇ ਪਰ ਜਿਹੜੀਆਂ ਆਮ ਬਿਮਾਰੀਆਂ ਨੇ ਉਹਨਾਂ ਦੀ ਦਵਾਈ ਥੋੜੀ ਜਿਹੀ ਹੌਲੀ ਕੰਮ ਕਰਦੀ ਹੈ ਪਰ ਕਰਦੀ ਬਹੁਤ ਜ਼ਿਆਦਾ ਹੈ ਦੇਸੀ ਦਵਾਈ ਆਪਣੀ ਜਿੱਥੇ ਵਾਗੀ ਜਿੰਨੇ ਮੇਰੇ ਕੋਲੇ ਬੰਦੇ ਹੁਣ ਤੱਕ 7-8 ਮਹੀਨਾ ਚਾਏ ਨੇ ਬੱਲੇ ਬੱਲੇ ਆ ਕੋਈ ਬੰਦਾ ਕਹੇ ਦੇ ਕੋਈ ਗੱਲ ਨਹੀਂ ਕਈ ਵਾਰ ਕੋਈ ਨਹੀਂ ਠੀਕ ਹੋਇਆ ਨਾ ਮੇਰੇ ਕੋਲ ਦਵਾਰੇ ਆ ਕੇ ਲੈ ਜੇ ਕੋਈ ਗੱਲ ਨਹੀਂ ਆਪਾਂ ਜਿਵੇਂ ਉਹ